ਨੌਜਵਾਨ ਨੂੰ ਦੁਬਈ ਤੋਂ ਪੰਜਾਬ ਖਿੱਚ ਲਿਆ ਕਿਸਾਨੀ। ਦੁਬਈ 'ਚ ਸਾਰਾ ਕੰਮ ਕਰ ਛੱਡ ਆ ਗਿਆ ਕਿਸਾਨਾਂ ਕੋਲ। ਕਿਸਾਨੀ ਅੰਦੋਲਨ ਸ਼ੰਭੂ ਵਿਖੇ ਗੱਡ ਤਾਂ ਪੱਕਾ ਤੰਬੂ। ਲਗਜ਼ਰੀ ਜ਼ਿੰਦਗੀ ਛੱਡ ਜੀ ਰਿਹਾ ਕਿਸਾਨਾਂ ਵਾਲੀ ਆਮ ਜ਼ਿੰਦਗੀ। ਦੁਬਈ 'ਚ ਗੱਡੀ ਤੋਂ ਹੇਠਾਂ ਨਹੀਂ ਉਤਰਦਾ ਸੀ ਨੌਜਵਾਨ, ਹੁਣ ਸ਼ੰਭੂ 'ਤੇ ਟਰਾਲੀਆਂ 'ਚ ਮੱਛਰਾਂ ਦੇ ਨਾਲ ਕੱਟ ਰਿਹਾ ਰਾਤ। 13 ਫਰਵਰੀ ਤੋਂ ਲਗਾਤਾਰ ਡਟਿਆ ਹੋਇਆ ਆ ਇਹ ਨੌਜਵਾਨ। ਆਓ ਤੁਹਾਨੂੰ ਮਿਲਾਉਂਦੇ ਹਾਂ ਹਰਪ੍ਰੀਤ ਸਿੰਘ ਦੇ ਨਾਲ, ਜੋ ਕਿ ਦੁਬਈ ਦਾ ਰਹਿਣ ਵਾਲਾ ਸੀ, ਦੁਬਈ 'ਚ ਰਹਿ ਰਿਹਾ ਸੀ ਪਿਛਲੇ ਕਈ ਸਾਲਾਂ ਤੋਂ। ਉਸ ਨੂੰ ਜਦ 13 ਫਰਵਰੀ ਤੋਂ ਪਹਿਲਾਂ ਪਤਾ ਚੱਲਿਆ ਕਿ ਕਿਸਾਨੀ ਅੰਦੋਲਨ 2.0 ਹੋਣ ਜਾ ਰਿਹਾ ਏ, ਤਾਂ ਫਟਾਫਟ ਸਾਰਾ ਕੁਝ ਆਪਣੇ ਕੰਮ ਕਾਰ ਛੱਡ ਨੌਜਵਾਨ ਦੁਬਈ ਤੋਂ ਪੰਜਾਬ ਆ ਗਿਆ। ਪੰਜਾਬ ਆ ਕੇ ਉਸਨੇ 13 ਫਰਵਰੀ ਤੋਂ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਸਹਿਯੋਗ ਦਿੱਤਾ। ਜਿੱਥੇ ਬੈਰੀਗੇਡ ਪੱਟਣ ਦੀ ਗੱਲ ਆਈ ਉੱਥੇ ਬੈਰੀਗੇਡ ਵੀ ਪੱਟੇ, ਅਰੇ ਜਿੱਥੇ ਪੈਚ ਅਤੇ ਜਿੱਥੇ ਲੰਗਰ ਵਰਤਾਉਣ ਦੀ ਗੱਲ ਆਈ ਉੱਥੇ ਲੰਗਰ ਵੀ ਵਰਤਾਇਆ। ਇਹ ਹਰਪ੍ਰੀਤ ਸਿੰਘ ਕਿਸਾਨਾਂ ਵਾਲੀ ਹੈ। ਪਹਿਲਾਂ ਇਹ ਨੌਜਵਾਨ ਪੰਜਾਬ 'ਚ ਕਿਸਾਨੀ ਕਰਦਾ ਰਿਹਾ ਹੈ, ਦੁਬਈ ਚਲਾ ਗਿਆ ਸੀ, ਅੱਛੀ ਲਾਈਫ ਸਟਾਈਲ ਜੀ ਰਿਹਾ ਸੀ, ਪਰ ਕਿਸਾਨੀ ਇਸ ਨੂੰ ਪੰਜਾਬ ਮੋੜ ਲਿਆਈ। ਆਓ ਗੱਲਬਾਤ ਕਰਦੇ ਹਾਂ ਹਰਪ੍ਰੀਤ ਸਿੰਘ ਦੇ ਨਾਲ ਅਤੇ ਜਾਣਦੇ ਹਾਂ ਕਿ ਐਸਾ ਕੀ ਹੋਇਆ ਉਹਨਾਂ ਨੂੰ ਕਿ ਉਹ ਕਿਸਾਨਾਂ ਕੋਲ ਆ ਗਏ ਅਤੇ ਆਪਣੀ ਲਗਜ਼ਰੀ ਲਾਈਫ ਤਿਆਗ ਦਿੱਤੀ। ਮੇਰਾ ਪਿੰਡ ਗੁਰਦਾਸਪੁਰ, ਡੇਰਾ ਬਾਬਾ ਨਾਨਕ। ਪਤਾ ਕਿੰਨੀ ਕੁ ਦੇਰ 'ਚ ਇਹਦੇ ਨਾਲ ਜਥੇਬੰਦੀ ਨਾਲ ਜੁੜੇ ਹੋਏ ਆ? ਮੈਨੂੰ 5 ਸਾਲ ਹੋ ਗਏ ਇਸ ਜਥੇਬੰਦੀ ਨਾਲ ਵਰਕ ਕਰਦੇ ਹਾਂ। ਤਾਂ ਕੀ ਕੰਮ ਕਰਦੇ ਸੀ ਪਹਿਲਾਂ? ਪਹਿਲਾਂ ਤਾਂ ਮੈਂ ਘਰ ਦੇ ਖੇਤੀਬਾੜੀ ਦਾ ਕੰਮ ਕਰਦਾ ਸੀ। ਇੱਕ ਪਾਸੇ ਤਾਂ ਮੈਂ ਦੁਬਈ ਤੋਂ ਸਿੱਧਾ ਇੱਥੇ, ਦੁਬਈ ਤੋਂ 15-25 ਦਿਨ ਹੋ ਗਏ ਸੀ ਦੁਬਈ 'ਚ, ਮੈਂ ਸਿੱਧਾ ਫਿਰ ਅੰਦੋਲਨ ਸੁਣਿਆ, ਫਿਰ ਮੇਰੀ ਤਬੀਅਤ ਉੱਥੇ ਖਰਾਬ ਹੋ ਗਈ ਸੀ, ਫਿਰ ਮੈਂ ਅੰਦੋਲਨ 'ਚ ਇਹਦੇ 13 ਤਰੀਕ ਨੂੰ ਪਤਾ ਲੱਗ ਗਿਆ ਸੀ ਅੰਦੋਲਨ ਸਟਾਰਟ ਹੋ ਰਿਹਾ, ਫਿਰ ਮੈਨੂੰ ਪ੍ਰਧਾਨ ਜੀ ਨੇ ਫੋਨ ਕੀਤਾ ਅੰਦੋਲਨ 'ਚ ਪਹੁੰਚਣ ਲਈ, ਮੈਂ ਆਪਣਾ ਉੱਥੋਂ ਕੰਮ ਛੱਡ ਕੇ ਮੈਂ ਇੱਥੇ ਪਹੁੰਚ। ਇਹ ਰਹਿਣ ਬਸੇਰਾ ਇੱਥੇ ਹੀ ਬਣਾਇਆ ਹੋਇਆ ਵਿੱਚ ਜੀ? ਹਾਂਜੀ, ਰਹਿਣ ਬਸੇਰਾ ਇੱਥੇ ਬਣਾਇਆ ਹੋਇਆ ਜੀ। ਅਤੇ ਰਹਿਣ ਬਸੇਰੇ ਦੇ ਵਿੱਚ ਦੇਖੋ, ਮੈਂ ਇੱਕ ਇਹੀ ਸਾਰੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੂੰਗਾ, ਅਸੀਂ ਪ੍ਰਦੇਸ਼ਾਂ 'ਚ ਬਹੁਤ ਜਾਂਦੇ ਹਾਂ, ਦੇਖਦੇ ਆਪਣੀਆਂ ਜਿਹੜੀਆਂ ਜ਼ਮੀਨਾਂ ਤੋਂ ਵੇਚ ਕੇ ਜਿਹਦੇ ਤੋਂ ਅਸੀਂ ਮਾਣ ਮਹਿਸੂਸ ਕਰਦੇ ਹਾਂ, ਅਸੀਂ ਆਪਣਾ ਜਿੰਨੇ ਚੱਕ ਸਾਡਾ ਪੰਜਾਬ ਜਿੱਥੇ ਆਜ਼ਾਦੀ ਦਾ ਹੈ, ਅਸੀਂ ਆਜ਼ਾਦ ਹੋ ਕੇ ਜਿੰਨੇ ਹਾਂ, ਅਸੀਂ ਫੋਰਨ 'ਚ ਜਾ ਕੇ ਇੱਕ ਗੁਲਾਮ ਬਣ ਜਾਂਦੇ ਹਾਂ, ਕਿਸੇ ਦੇ ਬੰਦਿਸ਼ 'ਚ ਵੱਜ ਜਾਂਦੇ ਸਰਕਾਰ ਦੇ। ਅੱਜ ਅਸੀਂ ਦੇਖਿਆ ਜਾਵੇ, ਮੈਂ ਇਹ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਨੌਜਵਾਨੋ, ਅਸੀਂ ਅੱਜ ਫੋਰਨ 'ਚ ਜਾ ਰਹੇ, ਅਸੀਂ ਆਪਣੇ ਇੱਥੋਂ ਹੱਕ ਦੇ ਜ਼ਮੀਨਾਂ ਸਾਡੀਆਂ ਖੋਹੀਆਂ ਗਈਆਂ, ਸਾਨੂੰ ਫੋਰਨ 'ਚ ਰਹਿਣ ਦਾ ਕੋਈ ਫਾਇਦਾ ਨਹੀਂ। ਕਿਉਂ ਅਸੀਂ ਅੱਜ ਅਬਾਨੀ ਅਤੇ ਡਾਨੀ ਦੇ ਗੁਲਾਮ ਬਣ ਜਾਵਾਂਗੇ, ਸਾਡੇ ਘਰ ਦੀਆਂ ਜ਼ਮੀਨਾਂ ਵੀ ਖੁੰਝ ਜਾਣਗੀਆਂ, ਸਾਡੇ 'ਤੇ ਜਿਹੜੀ WTO ਦੀ ਧਾਰਾ, ਜਿਹੜੀ WTO ਦੀ ਪੋਲਿਸੀ ਆ, ਉਹ ਵੀ ਸਾਡੇ 'ਤੇ ਲਾਗੂ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਸਾਨੂੰ ਆਪਣੇ ਹੱਕਾਂ ਦੀਆਂ ਮੰਗਾਂ ਨਹੀਂ ਸਾਨੂੰ ਦਿੱਤੀਆਂ ਜਾਂਦੀਆਂ, ਅਸੀਂ ਸ਼ਾਂਤ ਤਰੀਕੇ ਨਾਲ ਲੜਦੇ ਸੀ ਤਾਂ ਸਾਨੂੰ ਸ਼ਾਂਤ ਤਰੀਕੇ ਦੇ ਨਾਲ ਇਹ ਜ਼ਾਲਮ ਸਰਕਾਰਾਂ ਸਾਡੇ 'ਤੇ ਹੁਣ ਆਣ ਟੁੱਟੀਆਂ ਪਈਆਂ ਨੇ, ਆਪਣੀ ਹੱਦਬੰਦ ਤੋੜ ਦਿੱਤੀ ਹੈ ਇਹ ਸਰਕਾਰਾਂ ਨੇ। ਸਾਡੀ ਨੌਜਵਾਨੀ ਨੂੰ ਪਹਿਲਾਂ ਕਾਣ ਨਸ਼ੇ ਦੇ ਤਰੀਕੇ 'ਤੇ ਕੀਤਾ ਗਿਆ, ਪਹਿਲਾਂ ਦੇਖਿਆ ਜਾਵੇ ਸਾਨੂੰ ਪਾਕਿਸਤਾਨ ਦੀ ਵੰਡ ਦੇ ਦਿੱਤੀ, ਫਿਰ ਸਾਨੂੰ 84 ਦਿੱਤੀ, ਫਿਰ ਸਾਡੇ 'ਚ ਆਪਣੀ ਹੱਕ ਸ਼ਾਂਤੀ ਦੀ ਪ੍ਰਤੀਕ ਨਾਲ ਅਸੀਂ ਹੱਕ ਲੈਣ ਚੱਲੇ, ਸਾਨੂੰ ਕੀ ਦਿੱਤਾ ਗਿਆ? ਇਸ ਸਰਕਾਰਾਂ, ਭਾਵੇਂ ਕੋਈ ਵੀ ਸਰਕਾਰ ਆਵੇ, ਅੱਜ ਤੱਕ ਕਿਸੇ ਸਰਕਾਰ ਨੇ ਸਾਡਾ ਭਲਾ ਨਾ ਸੋਚਿਆ, ਸਾਡੀ ਨੌਜਵਾਨੀ ਬਾਰੇ ਨਹੀਂ ਸੋਚਿਆ, ਅੱਜ ਤੱਕ ਅਸੀਂ ਕੀ ਸੋਚਦੇ ਹਾਂ? ਹੁਣ ਹੱਕਾਂ ਨੂੰ ਲੈ ਕੇ ਸ਼ਾਂਤ ਤਰੀਕੇ ਨਾਲ ਤੁਰੇ ਸੀ, ਹੁਣ ਸਾਨੂੰ ਅਥਰੂ ਗੈਸ ਦੇ ਗੋਲੇ,
ਸ਼ਰਲੇ ਮਾਰੇ ਗਏ, ਗੋਲੀਆਂ ਚਲਾਈਆਂ ਗਈਆਂ। ਇਹ ਤਾਂ ਸਾਨੂੰ ਪਾਕਿਸਤਾਨ ਦੇ ਬਾਰਡਰ 'ਤੇ ਵੀ ਨਹੀਂ ਇੰਨੀਆਂ ਮਾਰੀਆਂ ਗਈਆਂ ਜਿੰਨੀਆਂ ਸਾਡੇ ਇੱਥੇ ਸਾਡੇ ਉੱਤੇ ਬੰਦਿਸ਼, ਏਡੇ ਏਡੇ ਬੈਰੀਕੇਡਿੰਗ ਲਗਾਈ ਗਈ ਆ। ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਸਾਡੇ ਨੌਜਵਾਨਾਂ ਨੂੰ ਬੋਰੀਆਂ 'ਚ ਪਾ ਕੇ ਕੁੱਟਿਆ ਜਾ ਰਿਹਾ ਸੀ, ਸਾਡੇ ਇੱਕ ਨੌਜਵਾਨ ਨੂੰ ਸ਼ਹੀਦ ਕੀਤਾ ਗਿਆ ਸੀ। ਦੇਖਿਆ ਜਾਵੇ ਸਾਡੇ ਬਜ਼ੁਰਗਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਸਾਡੀ ਪੰਜਾਬ ਸਰਕਾਰ ਪੁਲਿਸ ਇੱਥੇ ਦੇਖ ਕੇ ਤਮਾਸ਼ਾ ਦੇਖ ਰਹੀ ਸੀ, ਸਾਡੇ ਵੱਲ ਵੇਖ ਕੇ ਹੱਸ ਰਹੀ ਸੀ। ਅੱਜ ਨੌਜਵਾਨ ਨੂੰ ਅਸੀਂ ਨਾ ਜਾਗੇ ਤਾਂ ਸਾਡੀਆਂ ਜ਼ਮੀਨਾਂ ਇੱਥੇ ਖੁੰਝ ਜਾਣਗੀਆਂ। ਅੱਜ ਸਾਰੇ ਪੂਰੇ ਭਾਰਤ ਵਰਗ ਨੂੰ ਮੈਂ ਅਪੀਲ ਕਰਦਾ, ਅਸੀਂ ਸ਼ਾਂਤੀ ਦੇ ਪ੍ਰਤੀਕ ਨਾਲ ਆਪਣੇ ਹੱਕਾਂ ਲੈ ਕੇ ਅੱਗੇ ਵਧੀਏ। ਇਹੋ ਹੀ ਹਮਨੀ ਜੋਸ਼ ਦਾ ਨਾੜਾ ਅਸੀਂ ਬੁਲੰਦ ਕਰ ਰਹੇ ਹਾਂ। ਸਾਨੂੰ ਹੁਣ ਜਾਗਣਾ, ਅਸੀਂ ਕੌਮ ਦੀ ਨੀਂਦ ਤੋਂ ਜਾਗ ਜਾਈਏ, ਹੁਣ ਏਕਤਾ ਦੀ ਆਵਾਜ਼ ਕਰੀਏ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪ੍ਰਧਾਨ ਜੀ, ਜਿਹੜੇ ਹੁਣ ਸ਼ੰਭੂ ਟਰੈਕ ਦੇ ਉੱਪਰ ਬੈਠੇ, 3 ਦਿਨ ਹੋ ਗਏ, ਸਰਕਾਰ ਸੁਣ ਰਹੀ ਕੀ ਕਹਿਣਾ? ਦੇਖੋ ਜੀ, ਸਰਕਾਰ ਸਾਨੂੰ ਸੁਣ ਨਹੀਂ ਰਹੀ। ਕਿਉਂ ਨਹੀਂ ਸੁਣ ਰਹੀ? ਇਹ ਸਰਕਾਰ ਨੇ ਕਿੱਡਾ ਪਲੈਨ ਚੱਲਿਆ ਦੇਖਿਆ ਵੀ ਜਾਵੇ। ਸਰਕਾਰ ਜਿਹੜਾ ਪਲੈਨ ਸੋਚਦੀ ਹੈ, ਇਹਨਾਂ ਨੂੰ ਵੀ ਪਤਾ ਹੈ ਇਸ ਵਕਤ ਸਾਡੀਆਂ ਵਾਢੀਆਂ ਨੇ ਚੱਲ ਰਹੀਆਂ, ਅਤੇ ਉਸੇ ਵੇਲੇ ਨੌਜਵਾਨਾਂ ਨੂੰ ਉੱਥੋਂ ਫੜਿਆ ਜਾ ਸਕਦਾ। ਇਸ ਸਰਕਾਰ ਦੀ ਚਾਲ ਹੈ। ਅਤੇ ਦੇਖਿਆ ਜਾਈ, ਮੋਰਚੇ 'ਚ ਆਬਾਦੀ ਇਸ ਪਤੇ ਵਾਢੀਆਂ 'ਚ ਚਲੀ ਜਾਂਦੀ ਹੈ, ਉਹਨਾਂ ਨੇ ਚਾਲ ਚੱਲੀ। ਦੇਖਿਆ ਗਿਆ ਸਾਡਾ, ਅਸੀਂ ਜਿਹੜਾ ਚੱਕਾ ਜਾਮ ਕੀਤਾ ਗਿਆ, ਜਿਹੋ ਜਿਹੀ ਹਾਲਾਤ 'ਤੇ ਅਸੀਂ ਉਦਣ ਇੱਥੋਂ ਤੁਰੇ ਸੀ, ਉਹਨਾਂ ਦਾ ਪੂਰਾ ਪਲੈਨ ਸੀ ਸਾਡੇ ਉੱਤੇ ਲਾਠੀ ਚਾਰਜ ਕਰਨ ਦਾ। ਸਰਕਾਰ ਨੂੰ ਪਤਾ ਲੱਗ ਗਿਆ ਸੀ ਇਹਨਾਂ ਦੀ ਆਬਾਦੀ ਜਾਤਾ ਹੈ, ਇਹਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਤਾਂ ਸਾਡੇ ਉੱਤੇ ਭਾਰੂ ਪੈ ਸਕਦਾ ਹੈ। ਫਿਰ ਵੀ ਦੇਖਿਆ ਜਾਏ ਤਾਂ ਅਗਲੇ ਪਾਸੇ ਫਿਰ ਲੇਡੀਜ਼ ਨੂੰ ਦੀਆਂ ਬੰਦਿਸ਼ਾਂ ਬੰਨੀਆਂ ਗਈਆਂ, ਲੇਡੀਜ਼ ਪੁਲਿਸ ਦੀਆਂ ਵੀ। ਪ੍ਰਸ਼ਾਸਨ ਨਾਲ ਗੱਲ ਕੀਤੀ, ਪ੍ਰਸ਼ਾਸਨ ਨੇ ਕਿਹਾ ਜੀ ਆਗੂ ਸਾਹਿਬਾਨ ਅੱਗੇ ਜਾ ਕੇ ਬੈਠ ਸਕਦੇ ਆ। ਜੋਸ਼ ਦੇ ਨਾਲ ਆਗੂਆਂ ਨੇ ਆਪਣੀ ਟੀਮ ਨੂੰ ਅੱਗੇ ਖਿੱਚ ਕੇ। ਪ੍ਰਧਾਨ ਜੀ, ਹੁਣ ਇਹ ਕਿੰਨੀ ਕੁ ਦੇਰ ਚੱਲੂਗਾ? ਦੇਖੋ ਜੀ, ਜਿੰਨਿਆਂ ਚੱਕ ਸਾਡੇ ਨੌਜਵਾਨ ਜਿਹੜੇ ਆ, ਜਿਹੜੇ ਦੇਖਿਆ ਜਾਵੇ ਨੌਜਵਾਨਾਂ ਨੂੰ ਅੰਦਰ ਤਾਲਤਾ ਕੀਤੀ ਗਈ, ਇੱਕ ਨੌਜਵਾਨ ਭੁੱਖ ਹੜਤਾਲ 'ਤੇ ਆ, ਉਹਨੂੰ ਉਹਦੀ ਤਬੀਅਤ ਬੜੀ ਡਾਊਨ ਹੋ ਚੁੱਕੀ ਹੈ। ਜਿੰਨਿਆਂ ਚੱਕ ਸਾਡੇ ਨੌਜਵਾਨ ਛੱਡੇ ਨਹੀਂ ਜਾਂਦੇ, ਉਨਿਆਂ ਚੱਕ ਮੋਰਚਾ ਲੰਬਾ ਚੱਲੇਗਾ। ਨਾ ਛੱਡਿਆ ਗਿਆ, ਅਸੀਂ ਸਾਰੇ ਪੰਜਾਬ ਦੇ ਜਿੱਥੇ ਵੀ ਰੇਲਵੇ ਸਟੇਸ਼ਨ ਮੇਨ ਇਹਨਾਂ ਦੇ ਜਾਂਦੇ, ਉਹਦਾ ਚੱਕਾ ਜਾਮ ਕਰਾਂਗੇ।